ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ। ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਜੇਠਾ ਵੀਰਵਾਰ ਦਾ ਦਿਨ ਹੈ ਤੋ ਉਹਨਾਂ ਖਾਸ ਤੇ ਪਾਕ ਰੂਹਾਂ ਨੇ ਆਪਣੇ ਮੁਰਸ਼ਦ ਦੇ ਨਾਮ ਦਾ ਚਿਰਾਗ ਰੋਸ਼ਨ ਕੀਤਾ ਹੋਵੇਗਾ, ਨਜ਼ਰ ਨਿਆਜ ਤਕਸੀਮ ਕੀਤੀ ਹੋਵੇਗੀ। ਤੋ ਸਰਕਾਰ ਸਭ ਦੀਆਂ ਨੇਕ ਤੇ ਜਾਇਜ਼ ਦੁਆਵਾਂ ਕਬੂਲਦੇ ਨੇ, ਨਜ਼ਰੇ ਕਰਮ ਕਰਦੇ ਨੇ, ਕਿਉਂਕਿ ਉਹ ਇਸ਼ਕ ਦੇਖਦੇ ਨੇ ਕਿ ਕਿਸ ਦੇ ਸੀਨੇ ਵਿੱਚ ਕਿੰਨਾ ਇਸ਼ਕ ਹੈ ਅਤੇ ਕਿਸ ਇਰਾਦੇ ਦੇ ਨਾਲ ਅਸੀਂ ਚਿਰਾਗ ਰੋਸ਼ਨ ਕੀਤਾ ਅਤੇ ਕਿਸ ਇਰਾਦੇ ਦੇ ਨਾਲ ਅਸੀਂ ਨਿਆਜ ਤਕਸੀਮ ਕੀਤੀ ਹੈ। ਉਹ ਮਾਲਕ ਸਭ ਜਾਣਦੇ ਨੇ ਅਤੇ ਉਹਦੇ ਹਿਸਾਬ ਦੇ ਨਾਲ ਫਿਰ ਸਾਡੀ ਝੋਲੀ ਦੇ ਵਿੱਚ ਖੈਰਾਂ ਬਰਕਤਾਂ ਪੈਂਦੀਆਂ ਨੇ। ਤੋ ਅੱਜ ਦੇ ਇਸ ਪੈਗਾਮ ਦੇ ਵਿੱਚ ਇੱਕ ਗੱਲ ਹੋਰ ਆਪ ਦੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਕੋਈ ਵੀ ਸਾਨੂੰ ਮੁਸੀਬਤ ਆਉਂਦੀ ਹੈ ਅਤੇ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਕੀ ਕਰੀਏ ਕੀ ਨਾ ਕਰੀਏ। ਮੁਸੀਬਤਾਂ ਨੂੰ ਟਾਲਣ ਵਾਲੇ ਦੋ ਜ਼ਿਕਰ ਆਪ ਜੀ ਦੇ ਨਾਲ ਸਾਂਝੇ ਕਰਾਂਗਾ ਜੋ ਕਿ ਕੋਈ ਵੀ ਕਰ ਸਕਦਾ, ਇਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ। ਅਤੇ ਇਹ ਜ਼ਿਕਰ ਕਿੰਨਾ ਕਰਨਾ, ਕਿਵੇਂ ਕਰਨਾ, ਉਹਦੇ ਬਾਰੇ ਆਪ ਦੇ ਨਾਲ ਗੱਲ ਅੱਜ ਦੇ ਇਸ ਪੈਗਾਮ ਵਿੱਚ ਸਾਰੀ ਸਾਂਝੀ ਕਰਾਂਗਾ। ਤੋ ਪੈਗਾਮ ਨੂੰ ਪੂਰਾ ਜ਼ਰੂਰ ਸੁਣਨਾ ਤਾਂ ਜੋ ਗੱਲ ਸਾਰੀ ਸਮਝ ਹੋ ਜਾਵੇ। ਤੋ ਆਓ ਅੱਜ ਦਾ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਬਾਨ ਹੈ। ਕਹਿੰਦੇ ਕਿ ਜਦੋਂ ਮੁਸੀਬਤ ਇਨਸਾਨ 'ਤੇ ਪੈਂਦੀ ਹੈ ਅਤੇ ਉਹ ਉਹਨੂੰ ਨਵਾਂ ਰਸਤਾ ਦਿਖਾਲਣ ਲਈ ਆਉਂਦੀ ਹੈ। ਅਤੇ ਕਈ ਵਾਰੀ ਜੋ ਜ਼ਿਆਦਾ ਜ਼ਿਕਰ ਕਰਦੇ ਨੇ, ਜੋ ਜ਼ਿਆਦਾ ਫਿਕਰ ਕਰਦੇ ਨੇ ਅੱਲਾਹ ਪਾਕ ਦਾ, ਜੋ ਆਪਣੇ ਮੁਰਸ਼ਿਦ ਪਾਕ ਦਾ ਜ਼ਿਕਰ ਕਰਦੇ, ਉਹਨਾਂ 'ਤੇ ਮੁਸੀਬਤਾਂ ਵੱਧ ਆਉਂਦੀਆਂ ਨੇ ਤਾਂ ਜੋ ਅੱਲਾਹ ਪਾਕ ਉਹਨਾਂ ਨੂੰ ਪਰਖਦੇ ਨੇ ਕਿ ਇਹ ਮੁਸੀਬਤ ਵੇਲੇ ਕਿਸ ਨੂੰ ਯਾਦ ਕਰਦਾ, ਮੇਰੇ 'ਤੇ ਭਰੋਸਾ ਰੱਖਦਾ ਜਾਂ ਨਹੀਂ ਰੱਖਦਾ। ਕਿਉਂਕਿ ਭਰੋਸਾ ਰੱਖਣ ਵਾਲਾ ਸਦਾ ਇਸ ਦੁਨੀਆ ਵਿੱਚ ਪਾਸ ਹੁੰਦਾ। ਦੋ ਤਾਂ ਭਰੋਸਾ ਰੱਖਣਾ ਜ਼ਰੂਰੀ, ਇੱਕ ਆਪਣੇ ਆਪ 'ਤੇ ਅਤੇ ਇੱਕ ਆਪਣੇ ਮੁਰਸ਼ਿਦ 'ਤੇ। ਉਹਨਾਂ ਦੋਨਾਂ ਗੱਲਾਂ 'ਤੇ ਜੇ ਭਰੋਸਾ ਸਾਡਾ ਹੈਗਾ ਤਾਂ ਅਸੀਂ ਪਾਸ ਹੋ ਜਾਂਦੇ ਹਾਂ ਜਿੱਡੀ ਮਰਜ਼ੀ ਤਕੜੀ ਮੁਸੀਬਤ ਹੋਵੇ। ਪਰ ਫਿਰ ਵੀ ਜੇ ਕਿਤੇ ਮੁਸੀਬਤ ਕੋਈ ਆ ਜਾਵੇ ਤਾਂ ਉਸ ਵੇਲੇ ਕੀ ਕਰੀਏ, ਕਿਹੜਾ ਜ਼ਿਕਰ ਕਰੀਏ, ਕਿਹੜਾ ਆਪਾਂ ਰਾਹ ਫੜੀਏ ਜਿਸ ਵੇਲੇ ਸਾਨੂੰ ਮੁਸੀਬਤ ਵਿੱਚ ਜਿਹੜਾ ਸਾਨੂੰ ਰਸਤਾ ਅੱਗੇ ਤੋਂ ਅੱਗੇ ਮਿਲਦਾ ਜਾਵੇ। ਅਤੇ ਅਗਰ ਅਸੀਂ ਇਹ ਦੋ ਜ਼ਿਕਰ ਜਿਹੜੇ ਆਪਣਾ ਸਾਂਝੇ ਕਰਾਂਗਾ ਮੁਸੀਬਤ ਤੋਂ ਪਹਿਲਾਂ ਕਰ ਲਈਏ, ਤਦ ਹੋਰ ਚੰਗਾ ਹੋਵੇਗਾ ਕਿ ਮੁਸੀਬਤ ਜਿਹੜੀ ਹੈ ਉਹ ਜੇ ਬਹੁਤ ਵੱਡੀ ਆਉਣੀ ਹੈ ਉਹ ਛੋਟੀ ਜਿਹੀ ਆਵੇਗੀ। ਤੋ ਕਿਹੜੇ ਦੋ ਜ਼ਿਕਰ ਨੇ? ਅਕਸਰ ਮੁਸੀਬਤ ਵੇਲੇ ਅਸੀਂ ਯਾਦ ਕਰਦੇ ਹਾਂ ਰੱਬ ਨੂੰ, ਅਤੇ ਕਹਿੰਦੇ ਨੇ ਕਿ ਜਿਸ ਨੇ ਕਿਹਾ ਯਾ ਗੌਂਸ, ਉਸ ਇਨਸਾਨ ਦੇ ਲਾਗੇ ਕੋਈ ਜਿਹੜੀ ਬਲਾ ਨਹੀਂ ਆਉਂਦੀ। ਕਿਉਂਕਿ ਗੌਂਸ ਪਾਕ ਸਰਕਾਰ ਇੱਕ ਐਸੀ ਹਸਤੀ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਅਤੇ ਇਹਨਾਂ ਦੇ ਨਾਮ ਦਾ ਜ਼ਿਕਰ ਬਹੁਤ ਕੀਤਾ ਜਾਂਦਾ। ਕੋਈ ਕਿਸੇ ਨਾਮ ਨਾਲ ਯਾਦ ਕਰਦਾ, ਕੋਈ ਕਿਸੇ ਨਾਮ ਨਾਲ ਯਾਦ ਕਰਦਾ, ਅਤੇ ਇਹਨਾਂ ਨੂੰ ਮੰਨਣਾ ਹਰ ਇੱਕ ਦੇ ਬਸ ਦੀ ਗੱਲ ਵੀ ਨਹੀਂ ਹੈ। ਕਿਉਂਕਿ ਸਰਕਾਰ ਦਾ ਆਪਣਾ ਕੌਲ ਹੈ ਕਿ ਸਾਡੀ ਮਰਜ਼ੀ ਤੋਂ ਬਿਨਾਂ ਸਾਡਾ ਕੋਈ ਨਾਂ ਨਹੀਂ ਲੈ ਸਕਦਾ। ਤੋ ਆਪਾਂ ਮੀਰਾ ਗੌਂਸ ਪਾਸਕਾਰ ਜੀ ਨੂੰ ਮੰਨਦੇ ਹਾਂ, ਉਹਨਾਂ ਦੇ ਮਰੀਜ਼ ਆ, ਉਹਨਾਂ ਦੀ ਮਰਜ਼ੀ ਹੈ, ਅਤੇ ਆਪਾਂ ਉਹਨਾਂ ਦਾ ਨਾਮ ਲੈ ਰਹੇ ਹਾਂ, ਉਹਨਾਂ ਦੀ ਮਰਜ਼ੀ ਹੈ, ਅਤੇ ਆਪਾਂ ਉਹਨਾਂ ਦੀ ਗਿਆਰਵੀਂ ਦੇ ਰਹੇ ਹਾਂ। ਤੋ ਜਿਹੜਾ ਇਨਸਾਨ ਯਾ ਗੌਂਸ ਅਤੇ ਅਲਮਦ ਯਾ ਗੌਂਸ ਜਾਂ ਇਹ ਜ਼ਿਕਰ ਕਰਦਾ ਹੈ, ਉਸਦੇ ਉੱਤੇ ਸਰਕਾਰ ਜੀ ਦੀ ਨਿਗਾਹ ਹੋ ਜਾਂਦੀ ਹੈ ਅਤੇ ਮਦਦ ਹੋ ਜਾਂਦੀ ਹੈ। ਉਸ ਇਨਸਾਨ ਨੂੰ ਮੁਸੀਬਤ ਜਿਹੜੀ ਹੈ ਉਹ ਕਦੀ ਤੰਗ ਨਹੀਂ ਕਰਦੀ। ਜੇ ਕੋਈ ਮੁਸੀਬਤ ਆ ਵੀ ਜਾਵੇ ਅਤੇ ਉਹ ਮੁਸੀਬਤ ਬਹੁਤ ਵੱਡੀ ਜਿਹੜੀ ਮੁਸੀਬਤ ਆਉਣੀ ਹੁੰਦੀ ਹੈ ਉਹ ਛੋਟੀ ਜਿਹੀ ਬਣ ਕੇ ਉੱਤੇ ਆਉਂਦੀ ਹੈ ਅਤੇ ਉਹਨੂੰ ਉਹ ਜ਼ਿਆਦਾ ਨੁਕਸਾਨ ਨਹੀਂ ਕਰਦੀ। ਤੋ ਇਸ ਕਰਕੇ ਜਦੋਂ ਕਿਤੇ ਮੁਸੀਬਤ ਦੇ ਵਿੱਚ ਘਿਰ ਜਾਈਏ ਅਤੇ ਅਦਬ ਦੇ ਨਾਲ, ਇਸ਼ਕ ਦੇ ਨਾਲ ਜੇ ਗੌਂਸ ਪਾਕ ਸਰਕਾਰ ਜੀ ਦੇ ਨਾਮ ਨੂੰ ਜਰਮਾ ਲਾਈਏ ਅਤੇ ਉਦੋਂ ਆਪਾਂ ਮੁਸੀਬਤ ਨੂੰ ਜਿਹੜਾ ਬੜੇ ਵੱਡੇ ਜਿਗਰੇ ਦੇ ਨਾਲ ਹੱਲ ਕਰ ਸਕਦੇ ਹਾਂ। ਕਿਉਂਕਿ ਮੁਸੀਬਤ ਜਿਹੜੀ ਹੈ ਉਹ ਵੱਡੀ ਨਹੀਂ, ਸਾਡੇ ਗੌਂਸ ਵੱਡੇ ਨੇ। ਇੱਕ ਤਾਂ ਇਹ ਜ਼ਿਕਰ ਹੋ ਗਿਆ ਕਿ ਯਾ ਗੌਂਸ ਅਲ ਮਦਦ,
ਤੇ ਦੂਜੇ ਨੰਬਰ ਤੇ ਜੇ ਆਪਾਂ ਜ਼ਿਕਰ ਜਿਹੜਾ ਕਰੀਏ ਕਿ ਯਾ ਅਲੀ, ਇਹ ਤਾਂ ਇੱਕ ਐਸਾ ਪਰਖਿਆ ਹੋਇਆ ਜ਼ਿਕਰ ਹੈ ਕਿ ਜਿਸ ਨੇ ਕਿਹਾ ਯਾ ਅਲੀ ਉਸਦੀ ਬੁਲਾਟ ਅਲੀ, ਕਿ ਮੌਲਾ ਅਲੀ ਸਰਕਾਰ ਦਾ ਨਾਮ ਜਿਹੜਾ ਲੈਂਦਾ, ਕਿਉਂਕਿ ਮੌਲਾ ਅਲੀ ਸਰਕਾਰ ਨੂੰ ਕਹਿੰਦੇ ਮੁਸ਼ਕਿਲ ਕੁਸ਼ਾ, ਕਿ ਮੁਸ਼ਕਿਲ ਨੂੰ ਹੱਲ ਕਰਨ ਵਾਲੀ ਸਰਕਾਰ। ਜਦੋਂ ਵੀ ਕਿਤੇ ਮੁਸ਼ਕਿਲ ਪੈ ਜਾਂਦੀ, ਭੀੜ ਪੈ ਜਾਂਦੀ, ਜਦੋਂ ਆਪਾਂ ਕਿਤੇ ਯਾ ਅਲੀ ਸਰਕਾਰ ਦਾ ਜ਼ਿਕਰ ਕਰੀਏ ਪਾਕ ਸਾਫ ਹੋ ਕੇ ਬਾਵਜੂ ਹੋ ਕੇ, ਅਤੇ ਸਰਕਾਰ ਜੀ ਉਸ ਇਨਸਾਨ ਦੇ ਉੱਪਰ ਆਪਣਾ ਨਜ਼ਰ ਕਰਮ ਕਰਦੇ ਨੇ, ਅਤੇ ਮੁਸੀਬਤ ਜਿਹੜੀ ਉਹ ਸਦਾ ਲਈ ਟਲ ਜਾਂਦੀ ਹੈ। ਕਿਉਂਕਿ ਜੋ ਇਨਸਾਨ ਹਜ਼ਰਤ ਅਲੀ ਜੀ ਦਾ ਜ਼ਿਕਰ ਕਰਦੇ ਨੇ ਅਤੇ ਸਰਕਾਰ ਉਹਨਾਂ ਦੇ ਨਾਲ ਸਦਾ ਰਹਿੰਦੇ ਨੇ, ਅਤੇ ਸਰਕਾਰ ਜੀ ਦੀ ਜਿਹੜੀ ਇੱਕ ਤਲਵਾਰ ਹੈ ਜ਼ੁਲਫ਼ੇਕਾਰ, ਅਤੇ ਉਹ ਫਿਰ ਆਪਣੇ ਉਸ ਮਰੀਜ਼ ਦੇ ਨਾਲ ਪੈਰ ਵੀ ਕਰਦੇ ਨੇ, ਅਤੇ ਜ਼ੁਲਫ਼ੇਕਾਰ ਜਿਹੜੀ ਐਸੀ ਇੱਕ ਤਲਵਾਰ ਹੈ ਕਿ ਉਹਦੇ ਲਾਗੇ ਬੁਲਾ ਕਦੀ ਵੀ ਨਹੀਂ ਆਉਂਦੀ। ਤੋ ਇਹ ਦੋ ਜ਼ਿਕਰ, ਯਾ ਗੌਂਸ ਔਰ ਯਾ ਅਲੀ, ਕੋਈ ਵੀ ਕਰ ਸਕਦਾ। ਸਰਕਾਰਾਂ ਦਾ ਨਾਮ ਹੈ, ਪਾਕ ਨਾਮ ਹੈ, ਕਿੰਨਾ ਕਰਨਾ, ਤੁਰਦੇ ਫਿਰਦੇ ਕਰ ਸਕੀਏ, ਬਹਿ ਕੇ ਦੋ ਦਸਵੀਆਂ ਕਰ ਲਈਏ, ਇੱਕ ਦਸਵੀਂ ਕਰ ਲਈਏ, ਆਪਣੇ ਜੇ ਮੁਰਸ਼ਦ ਪਾਕ ਵਾਲੇ ਹੋ ਤਾਂ ਮੁਰਸ਼ਦ ਪਾਕ ਤੋਂ ਇਜਾਜ਼ਤ ਲੈ ਕੇ ਕਰੀਏ ਤਾਂ ਹੋਰ ਫਾਇਦਾ ਹੋਵੇਗਾ। ਤੋ ਇਹ ਦੋ ਨਾਮ ਜਿੰਨਾ ਹੋ ਸਕਦਾ ਕਰ ਸਕਦੇ ਆਪਾਂ, ਕੋਈ ਇਹਦੇ ਵਿੱਚ ਬੰਦਿਸ਼ ਨਹੀਂ ਗੀ, ਕੋਈ ਇਹਦੇ 'ਚ ਨੁਕਸਾਨ ਕੋਈ ਨਹੀਂ ਗਾ, ਕਿਉਂਕਿ ਸਰਕਾਰਾਂ ਦਾ ਆਪਾਂ ਨਾਮ ਲੈਣਾ, ਕੋਈ ਇਹਦਾ ਵਜ਼ੀਫਾ ਨਹੀਂ, ਕੋਈ ਇਹਦਾ ਚਿੱਲਾ ਨਹੀਂ, ਕੋਈ ਇਹਦੇ ਵਿੱਚ ਵੱਧ ਘੱਟ ਚੀਜ਼ ਨਹੀਂ ਗੀ, ਇਹ ਜ਼ਿਕਰ ਹੈ, ਇਹ ਵਜ਼ੀਫੇ ਨੇ ਛੋਟੇ। ਯਾ ਗੌਂਸ, ਯਾ ਗੌਂਸ, ਯਾ ਅਲੀ, ਯਾ ਅਲੀ, ਯਾ ਅਲੀ, ਇਹਨਾਂ ਨੂੰ ਆਪਾਂ ਕਰਨਾ ਕਰਕੇ ਤਾਂ ਸਰਕਾਰ ਸਾਡੇ 'ਤੇ ਨਜ਼ਰ ਕਰਮ ਕਰ ਦਿੰਦੇ ਨੇ, ਅਤੇ ਸਾਡੀ ਜਿਹੜੀ ਮੁਸੀਬਤ ਹੈ ਉਹ ਜਿੰਨੀ ਵੱਡੀ ਹੁੰਦੀ ਹੈ ਉੰਨੀ ਵੱਡੀ ਰਹਿੰਦੀ ਨੇ, ਉਹ ਛੋਟੀ ਜਿਹੀ ਹੋ ਕੇ ਸਾਡੇ 'ਤੇ ਆਉਂਦੀ ਹੈ, ਅਤੇ ਉਹਦੇ ਨਾਲ ਸਾਨੂੰ ਰਾਹਤ ਮਿਲ ਜਾਂਦੀ ਹੈ। ਕਿਉਂਕਿ ਸਰਕਾਰਾਂ ਨੇ ਆਪਣੇ ਮਰੀਜ਼ਾਂ ਨੂੰ ਬੜੇ ਕੌਤਕ ਦਿਖਾਏ ਨੇ, ਤੋ ਉਹਨਾਂ ਦੀਆਂ ਮੁਸੀਬਤਾਂ ਕਿੰਨੀਆਂ ਕਿੰਨੀਆਂ ਵੱਡੀਆਂ ਮੁਸੀਬਤਾਂ ਜਿਹੜੀਆਂ ਸਰਕਾਰ ਨੇ ਟਾਲੀਆਂ ਨੇ। ਤੋ ਆਸ ਕਰਦਾ ਕਿ ਆਪ ਜੀ ਨੂੰ ਇਹ ਪੈਗਾਮ ਦੇ ਵਿੱਚੋਂ ਜਿਹੜੀਆਂ ਦੋ ਚੀਜ਼ਾਂ ਸਾਂਝੀਆਂ ਕੀਤੀਆਂ, ਯਾ ਗੌਂਸ ਔਰ ਯਾ ਅਲੀ, ਇਹ ਦੋ ਚੀਜ਼ਾਂ ਦੇ ਵਿੱਚੋਂ ਅਗਰ ਅਸੀਂ ਰਸ ਲਈਏ ਤਾਂ ਸਾਡੇ ਮਨ ਦੀ ਤਨ ਦੀ ਮੈਲ ਵੀ ਸਾਫ਼ ਹੁੰਦੀ ਹੈ। ਕਿਉਂਕਿ ਜਿਸ ਕਲਬ ਦੇ ਵਿੱਚ, ਕਲਬ ਦਾ ਮਤਲਬ ਹੋ ਜਾਂਦਾ ਆਪਣਾ ਜਿਹੜਾ ਦਿਲ ਹੈ, ਜਿਸ ਕਲਬ ਦੇ ਵਿੱਚ ਮੀਰਾ ਗੌਂਸ ਦਾ ਜ਼ਿਕਰ ਚੱਲਦਾ ਜਾਂ ਮੌਲਾ ਅਲੀ ਦਾ ਜ਼ਿਕਰ ਚੱਲਦਾ, ਉਸ ਕਲਬ ਦੇ ਵਿੱਚ, ਉਸ ਦਿਲ ਦੇ ਵਿੱਚ ਫਿਰ ਮਾੜੇ ਖਿਆਲ ਜਿਹੜੇ ਨੇ ਉਹ ਨਹੀਂ ਆਉਂਦੇ। ਸ਼ੈਤਾਨ ਜ਼ੋਰ ਪਾਵੇਗਾ, ਸ਼ੈਤਾਨ ਜ਼ੋਰ ਲਾਵੇਗਾ ਲਾਵੇਗਾ, ਕਿਉਂਕਿ ਜਿੱਥੇ ਰੱਬ ਦਾ ਨਾਮ ਹੈ ਇੱਕ ਪਾਸੇ ਚੰਗੀ ਚੀਜ਼ ਹੈ, ਦੂਜੇ ਪਾਸੇ ਮਾੜੀ ਚੀਜ਼ ਬਹੁਤ ਆਉਂਦੀ ਹੈ। ਬਹੁਤ ਸਾਰੇ ਐਸੇ ਦੋਸਤ ਨੇ ਜਿਹੜੇ ਮੈਸੇਜ ਕਰਦੇ ਨੇ, ਕਹਿੰਦੇ ਕਿ ਅਸੀਂ ਰੱਬ ਦਾ ਨਾਮ ਜਦੋਂ ਲੈਣ ਬਹਿੰਦੇ ਹਾਂ ਅਤੇ ਬੁਰੇ ਖਿਆਲ, ਭੱਦੇ ਖਿਆਲ ਅਤੇ ਬੁਰੀਆਂ ਚੀਜ਼ਾਂ ਮੂਹਰੇ ਬਹੁਤ ਆਉਂਦੀਆਂ, ਬਹੁਤ ਖਿਆਲ ਬੁਰੇ ਕੰਮਾਂ ਵੱਲ ਨੂੰ ਭੱਜਦਾ, ਅਤੇ ਉਹ ਕੀ ਹੋ ਰਿਹਾ ਕਿ ਉਹ ਸਾਡੇ ਮਨ ਦੇ ਵਿੱਚੋਂ ਸਫਾਈ ਹੋ ਰਹੀ ਹੈ। ਜੋ ਸਾਡੇ ਮਨ ਦੇ ਅੰਦਰ ਚੀਜ਼ਾਂ ਨੇ ਉਹ ਬਾਹਰ ਨਿਕਲ ਰਹੀਆਂ ਨੇ, ਉਹ ਨਾਮ ਦੇ ਨਾਲ ਸਾਡੀ ਸਫਾਈ ਹੋ ਰਹੀ ਹੈ। ਉਹਨਾਂ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ, ਆਪਣੇ ਜ਼ਿਕਰ 'ਤੇ ਧਿਆਨ ਦੇਣ ਦੀ ਲੋੜ ਹੈ, ਆਪਣੇ ਰੱਬ ਦੇ ਜ਼ਿਕਰ 'ਤੇ ਅਤੇ ਆਪਣੇ ਮਾਲਕ ਦੇ ਫਿਕਰ 'ਤੇ ਇਹ ਧਿਆਨ ਦੇਣ ਦੀ ਲੋੜ ਹੈ, ਅਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਰਹਿਣੀਆਂ ਨਹੀਂ, ਉਹ ਅੰਦਰੋਂ ਬਾਹਰ ਆ ਰਹੀਆਂ, ਅੰਦਰੋਂ ਨਿਕਲ ਰਹੀਆਂ, ਅਤੇ ਉਹਨਾਂ ਨੇ ਨਿਕਲਦੀਆਂ ਨਿਕਲਦੀਆਂ ਨੇ ਅੰਦਰੋਂ ਸਾਫ਼ ਹੋ ਜਾਣਾ, ਅਤੇ ਸਾਡਾ ਜਿਹੜਾ ਕਲਬ ਜਦੋਂ ਰੋਸ਼ਨ ਹੋ ਗਿਆ, ਸਾਫ਼ ਹੋ ਗਿਆ, ਇਹਦੇ ਵਿੱਚ ਨੂਰ ਦੀਆਂ ਤਜੱਲੀਆਂ ਪੈ ਗਈਆਂ, ਅਤੇ ਇਹਨੇ ਫਿਰ ਮਾੜੀਆਂ ਸ਼ੇਹਾਂ ਨੇ ਲਾਗੇ ਆਉਣਾ ਹੀ ਨਹੀਂ। ਕਿਉਂਕਿ ਜਦੋਂ ਇੱਕ ਇਨਸਾਨ ਰੱਬ ਦਾ ਜ਼ਿਕਰ ਕਰਦਾ ਅਤੇ ਉਹਦੇ 72,000 ਜਿਹੜੇ ਅੰਦਰ ਰੂਮ ਨੇ, ਅੰਦਰ ਨਾੜੀਆਂ, ਉਹ ਸਾਰੀਆਂ ਜ਼ਿਕਰ ਕਰਦੀਆਂ ਨੇ, ਅਤੇ ਉਹਦਾ ਇੱਕ ਕਿਆ 72,000 ਬਾਰੇ ਗਿਣਿਆ ਜਾਂਦਾ, ਅਤੇ ਜਿੰਨੇ ਰੂਮ ਨੇ ਅੰਦਰ, ਜਿੰਨੀਆਂ ਮਸਾਮ ਨੇ, ਇਹ ਸਾਰੀਆਂ ਜਦੋਂ ਜ਼ਿਕਰ ਕਰਨ ਲੱਗ ਪੈਂਦੀਆਂ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਤੋ ਇੱਥੇ ਤੱਕ ਪਹੁੰਚਣ ਲਈ ਮਿਹਨਤ ਬਹੁਤ ਕਰਨ ਦੀ ਲੋੜ ਹੈ। ਤੋ ਆਪਾਂ ਆਪਣੇ ਪਹਿਲਾਂ ਤਾਂ ਆਪਣੇ ਮਨ 'ਤੇ, ਆਪਣੇ ਤਨ 'ਤੇ ਕਾਬੂ ਪਾਉਣਾ, ਇਹਨੂੰ ਆਪਾਂ ਜਿਹੜਾ ਇਹ ਘੋੜਾ ਨੱਠਾ ਫਿਰਦਾ ਇਹਨੂੰ ਆਪਾਂ ਲਗਾਮ ਪਾ ਕੇ ਕੱਸਣਾ,
ਤੇ ਜ਼ਿਕਰ ਕਰਨਾ ਮਾਲਕ ਕਰਮ ਕਰ ਦੇਣਗੇ। ਤੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।